ਕਬਰ ਪੁੱਟ ਪੁਸਤਕ ਦੀ ਕਹਾਣੀ ਉਦਾਸੀ ਦੇ ਦਿਨ ਲੇਖਕ ਆਗਾ ਸਲੀਮ ਜਦੋਂ ਫਸਲ ਪੱਕ ਜਾਂਦੀ ਹੈ ਬਾੜੀਆਂ ਦੀ ਰੁੱਤ ਆ ਜਾਂਦੀ ਹੈ ਕਣਕ ਕੱਟਣ ਲਈ ਤਿਆਰ ਹੋ ਜਾਂਦੀ ਹੈ ਤਾਂ ਉਦੋਂ ਹੀ ਹੋਟਲ ਦੇ ਹਰ ਕਮਰੇ 'ਚ ਜ਼ਿੰਦਗੀ ਪਰਤ ਆਉਂਦੀ ਹੈ ਕਿਸੇ ਕੋਨੇ 'ਚ ਹਾਸਾ ਫੁੱਟ-ਫੁੱਟ ਪੈਂਦਾ ਹੈ ਕਿਸੇ ਦੂਜੇ ਕੋਨੇ 'ਚੋਂ ਨਾਚੀਆਂ ਦੇ ਪੈਰਾਂ 'ਚ ਬੰਨੇ ਘੁੰਗਰੂਆਂ ਦੀ ਛਣਕਾਰ ਸੁਣੀ ਜਾ ਸਕਦੀ ਹੈ ਅਨੰਤ ਮਨਨ ਵਾਲਿਆਂ ਦੀ ਸੇਵਾ ਕਰਨ ਲਈ ਦੋ ਤਿੰਨ ਨੌਕਰਾਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹਨਾਂ ਦੀ ਸ਼ਰਾਬ ਤੇ ਪਕੌੜਿਆਂ ਨਾਲ ਸੇਵਾ ਕਰਨ। ਹੋਟਲ ਦਾ ਮਾਲਕ ਉੱਥੇ ਜਨਾਨੀਆਂ ਲੈ ਕੇ ਆਉਂਦਾ ਹੈ। ਉਹਨਾਂ ਨੂੰ ਵੱਖਰੇ ਵੱਖਰੇ ਕਮਰੇ ਵੰਡ ਕੇ ਉੱਥੇ ਜਾਣ ਦੀ ਡਿਊਟੀ ਲਾ ਦਿੰਦਾ ਹੈ। ਇਸ ਰਾਤ ਤੇਰੀ ਉਸ ਕਮਰੇ 'ਚ ਡਿਊਟੀ ਹੈ, ਤੇਰੀ ਉਸ ਕਮਰੇ 'ਚ। ਇੱਕ ਵਾਰ ਜਏ ਮੌਕੇ ਤੇ ਚਾਰ ਜਨਾਨੀਆਂ ਹੋਟਲ 'ਚ ਠਹਿਰਨ ਲਈ ਆਈਆਂ। ਉਹਨਾਂ 'ਚੋਂ ਇੱਕ ਜ਼ੈਰੀ ਨਾਂ ਦੀ ਔਰਤ ਬਹੁਤ ਦਿਲਕਸ਼ ਸੀ। ਉਹਦੀਆਂ ਅੱਖਾਂ ਬਹੁਤ ਸੁੰਦਰ ਸਨ ਉਹਦੇ ਸਰੀਰ ਦੇ ਵਿੰਗ ਵੱਲ ਖਿੱਚ ਪਾਉਣ ਵਾਲੇ ਸਨ ਉਹਨੇ ਇੱਕ ਪਾਲਤੂ ਤੋਤਾ ਰੱਖਿਆ ਸੀ ਸਾਰਾ ਦਿਨ ਇਹਦੇ ਨਾਲ ਗੱਲਾਂ ਕਰਦੀ ਰਹਿੰਦੀ ਉਹ ਮੇਰੇ ਪਿਆਰੇ ਤੂੰ ਸਦਾ ਖੁਸ਼ ਰਹੀਂ ਮੈਂ ਇਹ ਖੁਸ਼ੀ ਦਾ ਨਜ਼ਾਰਾ ਹੋਟਲ 'ਚ ਦੇਖਿਆ ਸੀ ਪਰ ਇਹਦੇ 'ਚ ਸ਼ਾਮਲ ਨਹੀਂ ਸੀ ਹੋ ਸਕਦਾ ਇਸ ਕਰਕੇ ਨਹੀਂ ਕਿ ਮੈਂ ਬਹੁਤ پاک ਪਵਿੱਤਰ ਇਨਸਾਨ ਹਾਂ ਸੋ ਕੋਈ ਇਸ ਕਰਕੇ ਕਿ ਮੈਂ ਇੱਕ ਸਧਾਰਨ ਜਿਹਾ ਕਾਲਜ ਟੀਚਰ ਹਾਂ ਮੇਰੇ ਕੋਲ ਬਹੁਤ ਸਾਰਾ ਧਨ ਦੌਲਤ ਨਹੀਂ ਮੇਰੇ ਕੋਲ ਸੰਵੇਦਨਾਵਾਂ ਤੇ ਭਾਵਨਾਵਾਂ ਦੀ ਹੀ ਪੂੰਜੀ ਹੈ ਮੇਰੀ ਤਨਖਾਹ ਨਾਲ ਹੋਟਲ ਤੇ ਸਿਗਰਟ ਦਾ ਖਰਚਾ ਪੂਰਾ ਹੋ ਜਾਂਦਾ ਜੋ ਬਾਕੀ ਬਚਦਾ ਉਹਦੇ ਨਾਲ ਗੁਜ਼ਾਰਾ ਚਲਾ ਲੈਣਾ ਇੱਕ ਵਾਰੀ ਤਨਖਾਹ ਮਿਲਦੇ ਸਰ ਮੈਨੂੰ ਅਚਾਨਕ ਝੱਲ ਚੜਿਆ ਮੈਂ ਆਪਣੇ ਆਪ ਨੂੰ ਪੁੱਛਿਆ ਕਿਉਂ ਨਾ ਲੁਤਫ ਲਿਆ ਜਾਏ ਤੇ ਮੈਂ ਸਿੱਧਾ ਹੋਟਲ ਮੈਨੇਜਰ ਕੋਲ ਗਿਆ ਮੈਂ ਪਿਛਲੇ ਮਹੀਨੇ ਦਾ ਬਿੱਲ ਨਹੀਂ ਸੀ ਚੁਕਾਇਆ ਪਰ ਕਿਹਾ ਕਿ ਜ਼ਹਿਰੀ ਨੂੰ ਮੇਰੇ ਕਮਰੇ 'ਚ ਭੇਜਿਆ ਜਾਵੇ ਮੈਨੇਜਰ ਹੈਰਾਨ ਹੋ ਗਿਆ ਮੇਰੀਆਂ ਅੱਖਾਂ 'ਚ ਵਹਿਸ਼ਤ ਦੀ ਭੁੱਖ ਦੇਖ ਕੇ ਉਹਨੇ ਮੇਰੇ ਕੋਲੋਂ ਪੈਸੇ ਫੜ ਲਏ ਆਪਣੇ ਕਮਰੇ ਚ ਆ ਕੇ ਮੈਂ ਆਪਣੀ ਚਾਹਤ ਦੀ ਔਰਤ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਅਜਿਹਾ ਫੁੱਲ ਜਿਹੜਾ ਮੇਰੀ ਜ਼ਿੰਦਗੀ ਚ ਬਹਾਰ ਲਿਆ ਦੇਗਾ ਮੈਂ ਉਹਦਾ ਸਵਾਗਤ ਕਿੰਜ ਕਰਾਂਗਾ ਜਦੋਂ ਮੇਰੇ ਕਮਰੇ ਚ ਆਵੇ ਤਾਂ ਮੈਂ ਕੀ ਕਹਾਂਗਾ ਮੈਂ ਚੱਕਰ ਚ ਪਿਆ ਹੋਇਆ ਸੀ ਮੈਂ ਸਾਰਾ ਦਿਨ ਇਨ੍ਹਾਂ ਖਿਆਲਾਂ ਚ ਗਵਾਚੇ ਹੋਏ ਨਹੀਂ ਬਤਾਇਆ ਅਚਾਨਕ ਜਿਉਂ ਹੀ ਸ਼ਾਮ ਢਲੀ ਰਾਤ ਪੈਣ ਲੱਗੀ ਜ਼ੈਰੀ ਮੇਰੇ ਕਮਰੇ ਚ ਆ ਗਈ ਉਹਨੂੰ ਦੇਖਦਿਆਂ ਸਾਰ ਮੈਂ ਖੁਸ਼ ਹੋ ਗਿਆ ਬੰਦਲਿਆ ਹੋਇਆ ਮੈਂ ਸਿਰਫ ਇੰਨਾ ਹੀ ਕਹਿ ਸਕਿਆ ਅੱਛਾ ਤੂੰ ਆ ਗਈ ਤੈਨੂੰ ਦਿਸਦਾ ਨਹੀਂ ਕਿ ਮੈਂ ਆ ਗਈ ਉਹਨੇ ਕੁਰਸੀ ਤੇ ਬੈੰਦੀ ਹੋਈ ਨਹੀਂ ਕਿਆ ਮੇਰੀਆਂ ਅੱਖਾਂ ਮੈਨੂੰ ਦੱਸ ਰਹੀਆਂ ਨੇ ਕਿ ਤੂੰ ਇੱਥੇ ਐ ਪਰ ਪਤਾ ਨਹੀਂ ਮੇਰਾ ਦਿਲ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਤੂੰ ਪੈਸੇ ਦਿੱਤੇ ਨੇ ਤੇਰਾ ਦਿਲ ਕਿਉਂ ਨਹੀਂ ਮੰਨਦਾ ਕਿ ਮੈਂ ਇੱਥੇ ਆ ਪੈਸੇ ਨਾਲ ਖਰੀਦਿਆ ਹੋਇਆ ਲੁਤਫ ਕੋਈ ਲੁਤਫ ਨਹੀਂ ਇਹ ਕਦੇ ਵੀ ਸੱਚਾ ਨਹੀਂ ਹੁੰਦਾ ਫਿਰ ਤੈਨੂੰ ਕਿਹਨੇ ਝੂਠਾ ਲੁਤਫ ਖਰੀਦਣ ਨੂੰ ਕਿਹਾ ਸੀ ਮੇਰੇ ਦਿਲ ਨੇ ਹੀ ਕਿਹਾ ਸੀ ਹੋਰ ਕੌਣ ਕਹਿ ਸਕਦਾ ਉਨੇ ਸਿਗਰਟ ਕੱਢੀ ਸੁਲਗਾਈ ਤੇ ਇੱਕ ਲੰਮਾ ਕਾਸ਼ ਲਿਆ ਮੈਂ ਉੱਠਿਆ ਤੇ ਬੱਤੀ ਬੁਝਾ ਦਿੱਤੀ ਤੂੰ ਇੰਨੀ ਜਲਦੀ ਬੱਤੀ ਕਿਉਂ ਬੁਝਾ ਰਿਹਾ ਹੈ ਕਿਉਂ ਜੋ ਤੇਰੇ ਚਿਹਰੇ ਦੀ ਰੌਸ਼ਨੀ ਸਾਹਮਣੇ ਲੈਂਪ ਬੇਕਾਰ ਜਾਪਦਾ ਹੈ ਉਹਨੇ ਹਾਂਚ ਸਿਰ ਹਿਲਾਇਆ ਪਰ ਤਿਉੜੀਆਂ ਵੀ ਚੜਾ ਲਈਆਂ ਮੈਂ ਆਪਣੀ ਪਰੇਸ਼ਾਨੀ ਵਿੱਚੋਂ ਬਾਹਰ ਨਿਕਲਣ ਲਈ ਉੱਠ ਖਲੋਇਆ ਬੱਤੀ ਫੇਰ ਜਗਾ ਦਿੱਤੀ ਉਹਦੀਆਂ ਅੱਖਾਂ 'ਚ ਝਾਕਣਾ ਸ਼ੁਰੂ ਕਰ ਦਿੱਤਾ ਤੂੰ ਮੇਰੀਆਂ ਅੱਖਾਂ 'ਚ ਕੀ ਪਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੀਰ ਜਿਨ੍ਹਾਂ ਨਾਲ ਉਹ ਲੋਕਾਂ ਨੂੰ ਮਾਰਦੀਆਂ ਨੇ ਤੂੰ ਵਰਤਾਲਾਪ ਚ ਨਿਪੁੰਨ ਜਾਪਦਾ ਹੈ ਅਜੇ ਹੀ ਕੋਈ ਗੱਲ ਨਹੀਂ ਪਰ ਤੇਰੀਆਂ ਅੱਖਾਂ ਤੀਰ ਛੜਦੀਆਂ ਨੇ ਜਿਹੋ ਜੀ ਤੇਰੀ ਤੱਕਣੀ ਹੈ ਤੈਨੂੰ ਰਾਣੀ ਹੋਣਾ ਚਾਹੀਦਾ ਸੀ ਹੁਣ ਮੈਂ ਰਾਣੀ ਨਹੀਂ ਤੇਰੇ ਦਿਲ ਦੀ ਰਾਣੀ ਪਰ ਤੈਨੂੰ ਕਿਸੇ ਘਰ ਦੀ ਮਲਿਕਾ ਹੋਣਾ ਚਾਹੀਦਾ ਸੀ ਤੇ ਹੁਣ ਤੂੰ ਪਰ ਮੈਂ ਵੇਸਵਾ ਇਹੋ ਕਹਿਣਾ ਚਾਹੁੰਦਾ ਜੇ ਤੂੰ ਵੇਸਵਾ ਹੈ ਤਾਂ ਇਹਦੇ ਚ ਤੇਰਾ ਕੋਈ ਕਸੂਰ ਨਹੀਂ ਹਾਲਾਤ ਨੇ ਤੈਨੂੰ ਇਸ ਰਸਤੇ ਤੋਰਿਆ ਹੋਵੇਗਾ ਹਾਲਾਤ ਨੂੰ ਭੁੱਲ ਜਾ ਮੈਂ ਜਮੰਦਰੂ ਵੇਸਵਾ ਮਨ ਲਿਆ ਪਰ ਕੀ ਤੇਰੇ ਦਿਲ ਚ ਕਦੇ ਖਿਆਲ ਨਹੀਂ ਆਇਆ ਕਿ ਮੇਰਾ ਆਪਣਾ ਘਰ ਹੋਵੇ ਆਪਣੇ ਬੱਚੇ ਹੋਣ ਮੈਨੂੰ ਤੰਗ ਨਾ ਕਰ ਉਹਨੇ ਟੱਕਦੀ ਹੋਈ ਨਹੀਂ ਕਿਆ ਉੱਠ ਕੇ ਬੱਤੀ ਬੁਝਾ ਤਾਂ ਕਿ ਅਸੀਂ ਸੌਈਏ ਤੇਰਾ ਦਿਲ ਕਰਦਾ ਹੈ ਤਾਂ ਸੌਂ ਜਾ ਪਰ ਮੈਂ ਨਹੀਂ ਸੌਵਾਂਗਾ ਮੈਂ ਸਾਰੀ ਰਾਤ ਜਾਗ ਕੇ ਤੇਰੀ ਖੂਸਨ ਦੀ ਤਾਰੀਫ ਕਰਾਂਗਾ ਤੂੰ ਆਪਣੇ ਦਿੱਤੇ ਪੈਸੇ ਵਸੂਲ ਨਹੀਂ ਕਰੇਂਗਾ ਮੈਂ ਆਪਣੇ ਪੈਸੇ ਉਸੇ ਸਮੇਂ ਵਸੂਲ ਕਰ ਲੈ ਜਦ ਤੂੰ ਮੇਰੇ ਕਮਰੇ ਚ ਆਈ ਜਿੱਦਾਂ ਤੇਰੀ ਮਰਜ਼ੀ ਮੈਂ ਤੈਨੂੰ ਕੁਝ ਪੁੱਛ ਸਕਦਾ ਹਾਂ ਹਾਂ ਬੁੱਤ ਤੂੰ ਕਦੇ ਕਿਸੇ ਨੂੰ ਪਿਆਰ ਕੀਤਾ ਕਿਉਂ ਨਹੀਂ ਮੈਂ ਸੋਹਣੇ ਸੋਹਣੇ ਕੱਪੜਿਆਂ ਨੂੰ ਪਿਆਰ ਕਰਦੀਆਂ ਜੀਵਰਾਂ ਨੂੰ ਤੇ ਆਪਣੇ ਤੋਤੇ ਨੂੰ ਪਿਆਰ ਕਰਦੀਆਂ ਕਦੇ ਕਿਸੇ ਮਰਦ ਨੂੰ ਪਿਆਰ ਕੀਤਾ ਕੋਈ ਮਰਦ ਮੇਰੇ ਪਿਆਰ ਦੇ ਕਾਬਲ ਨਹੀਂ ਹੈ ਓਹੋ ਅਸਲ ਵਿੱਚ ਮੈਂ ਤਿਉੜੀਆਂ ਪਾ ਕੇ ਆਪਣਾ ਸਿਰ ਖਾਂਚ ਲਾਇਆ ਉਹ ਹਸੀ ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ ਮੈਂ ਉਹਦੇ ਹੁਸਨ ਦੀ ਤਾਰੀਫ਼ ਕਰਦਾ ਰਿਹਾ ਉਹ ਲਗਾਤਾਰ ਮੁਸਕਰਾਉਂਦੀ ਰਹੀ ਸੁਬਾ ਹੁਣ ਤੇ ਜਦੋਂ ਦਿਨ ਦਾ ਚਾਨਣ ਫੈਲਣਾ ਸ਼ੁਰੂ ਹੋ ਗਿਆ ਤਾਂ ਉੱਠ ਕੇ ਮੇਰੇ ਕਮਰੇ ਚੋਂ ਚਲੀ ਗਈ ਮੈਂ ਉਹਨੂੰ ਦੂਜੀ ਸ਼ਾਮ ਵੀ ਬੁਲਾ ਲਿਆ ساری ਰਾਤ ਉਹਦੇ ਨਾਲ ਗੱਲਾਂ ਕਰਦਾ ਰਿਹਾ ਇਸੇ ਤਰ੍ਹਾਂ ਤੀਜੀ ਰਾਤ ਪਰ ਚੌਥੀ ਰਾਤ ਨੂੰ ਆ ਕੇ ਉਹਨੇ ਮੈਨੂੰ ਕੱਚਾ ਜਿਹਾ ਕਰਤਾ ਮੈਂ ਪਹਿਲੀਆਂ ਤਿੰਨ ਰਾਤਾਂ 'ਚ 300 ਰੁਪਏ ਖਰਚ ਚੁੱਕਾ ਸੀ ਮੇਰੀ ਜੇਬ 'ਚ 50 ਰੁਪਏ ਬਚੇ ਸੀ ਜਿਨ੍ਹਾਂ 'ਚੋਂ 25 ਰੁਪਏ ਮੈਂ ਪਹਿਲਾਂ ਹੀ ਖਰਚ ਕਰ ਲਏ ਸੀ ਬਾਕੀ ਰਹਿੰਦੇ ਪੈਸਿਆਂ ਨਾਲ ਮੈਂ ਮਹੀਨਾ ਕੱਢਣਾ ਸੀ ਇਤੋ ਇਲਾਵਾ ਆਪਣਾ ਸਿਗਰਟਾਂ ਤੇ ਹੋਟਲ ਦਾ ਬਿੱਲ ਵੀ ਚੁਕਾਉਣਾ ਸੀ ਪਰ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ ਮੈਨੂੰ ਸਿਰਫ ਮੇਰਾ ਇਕੱਲਾਪਨ ਤੰਗ ਕਰ ਰਿਹਾ ਸੀ ਇਹ ਪਹਿਲੀ ਵਾਰ ਸੀ ਕਿ ਮੈਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਲੰਗੀ ਰਾਤ ਮੇਰਾ ਕਮਰਾ ਜ਼ੈਰੀ ਦੇ ਚਿਹਰੇ ਦੇ ਚਾਨਣ ਨਾਲ جگਮਗਾ ਰਿਹਾ ਸੀ ਕਮਰੇ 'ਚ ਖੁਸ਼ਬੂ ਹੀ ਖੁਸ਼ਬੂ ਸੀ ਪਰ ਹੁਣ ਪੈਰਾਂ ਦੀ ਬਿੜਕ ਸੁਣਾਈ ਦਿੰਦੀ ਹੈ ਮੈਂ ਆਪਣੇ ਪਰਵੱਟੇ ਤਾਂ ਕਰਕੇ ਦੇਖਦਾ ਜ਼ੈਰੀ ਮੇਰੇ ਸਾਹਮਣੇ ਖਲੋਤੀ ਹੈ ਓ ਜ਼ੈਰੀ ਤੂੰ ਮੈਂ ਪਮਤਰਿਆ ਹੋਇਆ ਆਪਣੇ ਬਿਸਤਰੇ 'ਚੋਂ ਛਾਲ ਮਾਰਦਾ ਹੋਇਆ ਨਿਕਲਿਆ। ਕੀ ਹੋਇਆ? ਮੈਨੂੰ ਨਹੀਂ ਸੀ ਹੋਣਾ ਚਾਹੀਦਾ। ਤੂੰ ਕਹਿਣਾ ਹੈ ਤਾਂ ਪਰਤ ਜਾਨੀਂ। ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਮੂਰਖਾ ਵਾਂਗ ਉਹਦੇ ਚਿਹਰੇ ਵੱਲ ਤੱਕਦਾ ਰਿਹਾ। ਤੂੰ ਮੇਰੇ ਵੱਲ ਡੋਰ ਪਰੱਖ ਨਾਲ ਕਿਉਂ ਤੱਕਦਾ ਪਿਆ? ਮੈਂ ਤਾਂ ਵੀ ਜਵਾਬ ਨਾ ਦਿੱਤਾ। ਹੌਲੀ-ਹੌਲੀ ਜਦੋਂ ਹੈਰਾਨੀ ਖਤਮ ਹੁੰਦੀ ਗਈ। ਜਦੋਂ ਮੈਨੂੰ ਯਕੀਨ ਹੋ ਗਿਆ ਕਿ ਜ਼ਹਿਰੀ ਅਸਲੀਅਤ ਮੇਰੇ ਸਾਹਮਣੇ ਖੜੀ ਹੈ ਤਾਂ ਖੁਸ਼ੀ ਦੀ ਕਲੈਰ ਮੇਰੇ ਸਰੀਰ 'ਚ ਦੌੜ ਗਈ। ਤੂੰ ਅਸਲ 'ਚ ਆਈ। ਆਈ ਗਈ ਹੈ ਮੈਂ ਪੁੱਛਿਆ ਤੈਨੂੰ ਯਕੀਨ ਕਿਉਂ ਨਹੀਂ ਆ ਰਿਹਾ ਕਿ ਮੈਂ ਆ ਗਈ ਹਾਂ ਮੈਂ ਕਿਦਾਂ ਯਕੀਨ ਕਰ ਸਕਦਾ ਕਿ ਤੂੰ ਉਹ ਖੁਆਬ ਹੈ ਜਿਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਉਹ ਉਮੀਦ ਹੈ ਜਿਹੜੀ ਪੂਰੀ ਨਹੀਂ ਹੋ ਸਕਦੀ ਇੱਕ ਖਾਹਿਸ਼ ਹੰਝਪ ਕਰ ਮੈਨੂੰ ਹੋਰ ਤੰਗ ਨਾ ਕਰ ਇਹ ਕਹਿ ਕੇ ਉਹਨੇ ਸਿਗਰਟ ਸੁਲਗਾਈ ਡੂੰਗਾ ਕਸ਼ ਖਿੱਚਿਆ ਤੂੰ ਅੱਜ ਦੀ ਰਾਤ ਵਾਸਤੇ ਮੇਰੀ ਮੰਗ ਕਿਉਂ ਨਹੀਂ ਕੀਤੀ ਉਹਨੇ ਆਖਿਆ ਕਿਉਂ ਜੋ ਸਾਰੇ ਪੈਸੇ ਖਰਚ ਕਰ ਬੈਠਾ ਤੂੰ ਕੀ ਕੰਮ ਕਰਦਾ ਹੈ ਮੈਂ ਕਾਲਜ 'ਚ ਪੜਾਉਣਾ ਤੇਰੀ ਤਰੰਖਾ ਕਿੰਨੀ ਹੈ ਲੋਕੀ ਕਹਿੰਦੇ ਨੇ ਕਿਸੇ ਔਰਤ ਨੂੰ ਕਦੇ ਉਹਦੀ ਉਮਰ ਨਾ ਪੁੱਛੋ ਕਿਸੇ ਆਦਮੀ ਨੂੰ ਕਦੇ ਉਹਦੀ ਆਮਦਨ ਬਾਰੇ ਨਾ ਪੁੱਛੋ ਖੈਰ ਮੈਂ ਤੈਨੂੰ ਦੱਸਦਾ ਮੇਰੀ ਤਨਖਾਹ 350 ਰੁਪਏ ਮਹੀਨੇ ਤੇ ਉਹਦੇ ਚੋਂ ਮੈਂ 300 ਰੁਪਏ ਲੈ ਲੈਨੇ ਤੇਰੇ ਕੋਲ 50 ਰੁਪਏ ਰਹਿ ਗਏ ਹੋਣੇ ਨੇ ਤੂੰ ਬਾਕੀ ਮਹੀਨਾ ਕਿਦਾਂ ਕੱਟੇਗਾ ਰੱਬ ਬਹੁਤ ਵੱਡਾ ਹੈ ਉਹ ਹੀ ਹੈ ਜਿਹੜਾ ਸਾਰੀ ਖਲਕਤ ਨੂੰ ਰੋਜ਼ੀ ਦਿੰਦਾ ਹੈ ਆਪਣੇ ਪਰਸ ਦੀ ਜ਼ਿੱਪ ਖੋਲ ਕੇ ਉਹਨੇ 300 ਰੁਪਏ ਦੇ ਕਰੰਸੀ ਨੋਟ ਕੱਢੇ ਤੇ ਕਿਹਾ ਐ ਲੈ ਕਿਉਂ ਤੂੰ ਤਿੰਨ ਰਾਤਾਂ ਮੇਰੇ ਨਾਲ ਗੱਲਾਂ ਕਰਦੀਆਂ ਲੰਗਾਈਆਂ ਨੇ ਤੇ ਮੈਂ ਉਹਦੇ ਪੈਸੇ ਨਹੀਂ ਲਵਾਂਗੀ। ਜ਼ੈਰੀ ਤੂੰ ਪੈਸੇ ਮੋੜ ਕੇ ਮੇਰੀ ਗਰੀਬੀ ਦਾ ਮਜ਼ਾਕ ਉਡਾਉਣਾ ਚਾਹਨੀ ਹੈ। ਮਜ਼ਾਕ ਉਡਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਤੂੰ ਹੋਰਾਂ ਦਾ ਪੈਸਾ ਕਬੂਲ ਕਰ ਲੈਣੀ ਹੈ। ਕਿ ਮੈਂ ਇਸ ਕਾਬਲ ਵੀ ਨਹੀਂ ਕਿ ਤੈਨੂੰ ਕੁਝ ਦੇ ਸਕਾਂ। ਨਹੀਂ ਇਹ ਗੱਲ ਨਹੀਂ ਤੇ ਮੈਨੂੰ ਮੇਰੀ ਗਰੀਬੀ ਤੇ ਤਰਸ ਖਾ ਕੇ ਤੂੰ ਇਹ ਪੈਸੇ ਮੈਨੂੰ ਮੋੜ ਰਹੀ ਹੈ। ਤੂੰ ਸਮਝਦਾ ਕਿਉਂ ਨਹੀਂ? ਮੈਂ ਕੁਝ ਸਮਝਣਾ ਨਹੀਂ ਚਾਹੁੰਦਾ। ਪੈਸੇ ਆਪਣੇ ਕੋਲ ਰੱਖ ਜਿੱਦਾਂ ਤੇਰੀ ਮਰਜ਼ੀ ਉਹਨੇ ਨੋਟ ਆਪਣੇ ਪਰਸ 'ਚ ਪਾ ਲਏ ਤੇ ਫੇਰ ਕਮਰੇ ਵਿੱਚ ਇੱਕ ਅਜੀਬ ਕਿਸਮ ਦੀ ਖਾਮੋਸ਼ੀ ਸੀ ਪਰ ਉਹ ਗਈ ਨਹੀਂ ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ ਮੇਰੇ ਦਿਲ 'ਚ ਕਸਕ ਹੁੰਦੀ ਰਹੀ ਉਹ ਪ੍ਰਸੰਨ ਚਿਤ ਪੂਰੇ ਧਿਆਨ ਨਾਲ ਸੁਣਦੀ ਰਹੀ ਅਗਲੀ ਸਵੇਰ ਮੈਂ ਕਰਾਚੀ ਲਈ ਰਵਾਨਾ ਹੋ ਗਿਆ ਉੱਥੇ ਇੱਕ ਮਿੱਤਰ ਕੋਲੋਂ ਪੈਸੇ ਉਧਾਰ ਲੈ ਕੇ ਮੈਂ ਅਗਲਾ ਅਗਲੇ ਦਿਨ ਵਾਪਸ ਆ ਗਿਆ ਸਿੱਧਾ ਹੋਟਲ ਮੈਨੇਜਰ ਕੋਲ ਜਾ ਕੇ ਮੈਂ ਬਿੱਲ ਬਾਰੇ ਪੁੱਛਿਆ ਉਨੇ ਹਾਸ ਕੇ ਜਵਾਬ ਦਿੱਤਾ ਕਿ ਬਿੱਲ ਪਹਿਲਾਂ ਹੀ ਚੁਕਾ ਦਿੱਤਾ ਗਿਆ ਪਰ ਮੈਂ ਤਾਂ ਨਹੀਂ ਚੁਕਾਇਆ ਇਹ ਕਿਦਾਂ ਹੋ ਗਿਆ ਠੀਕ ਹੈ ਤੂੰ ਨਹੀਂ ਦਿੱਤਾ ਪਰ ਬਿੱਲ ਅਦਾ ਹੋ ਗਿਆ ਹੋ ਚੁੱਕਾ ਹੈ ਉਹਦੀ ਮੁਸਕਰਾਹਟ ਹੋਰ ਵੀ ਅਰਥ ਭਰਪੂਰ ਹੋ ਗਈ ਜਿੱਦਾਂ ਉਹ ਮੇਰਾ ਮਜ਼ਾਕ ਉਡਾਰ ਰਿਹਾ ਹੋਵੇ ਤੁਹਾਡਾ ਬਿੱਲ ਜ਼ੈਰੀ ਨੇ ਦੇ ਦਿੱਤਾ ਹੈ ਅਖੀਰ ਚ ਉਹਨੇ ਕਿਹਾ ਮੈਂ ਪੁਚੱਕਾ ਰਹਿ ਗਿਆ ਮੈਨੂੰ ਮਹਿਸੂਸ ਹੋ ਰਿਹਾ ਸੀ ਜਦਾਂ ਮੈਂ ਸੜਕ ਤੇ ਖਲੋਤਾ ਹੋਵਾਂ ਤੇ ਲੋਕੀ ਮੇਰੇ ਤੇ ਹੱਸ ਰਹੇ ਹੋਣ ਮੈਂ ਗੁੱਸੇ ਵਿੱਚ ਪੌੜੀਆਂ ਚੜ੍ਹਿਆ ਜ਼ੈਰੀ ਦੇ ਕਮਰੇ 'ਚ ਗਿਆ ਮੇਰੀਆਂ ਅੱਖਾਂ 'ਚ ਗੁੱਸਾ ਵੇਖ ਕੇ ਉਹਨੇ ਆਪਣੇ ਤੋਤੇ ਨਾਲ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਮੇਰੇ ਵੱਲ ਮੁਸਕਰਾ ਕੇ ਤੱਕਿਆ ਕੀ ਹੋ ਗਿਆ ਤੂੰ ਜਿਹਾ ਕਿਉਂ ਕੀਤਾ ਮੈਂ ਕੀ ਕੀਤਾ ਮੇਰੀ ਬਦਨਾਮੀ ਕਰਕੇ ਪੁੱਛ ਰਹੀ ਹੈ ਤੂੰ ਕੀ ਕੀਤਾ ਤੂੰ ਮੇਰਾ ਹੋਟਲ ਦਾ ਬਿੱਲ ਕਿਉਂ ਚੁਕਾਇਆ ਸਿਰਫ ਇਹ ਦਿਖਾਉਣ ਲਈ ਕਿ ਤੂੰ ਅਮੀਰ ਹੈ ਮੈਂ ਗਰੀਬ ਹਾਂ ਜਿੱਦੀ ਤੂੰ ਸਹਾਇਤਾ ਕਰ ਸਕਦੀ ਹੈ ਸੁਣ ਮੈਂ ਗਰੀਬ ਹਾਂ ਸਾਧਨਹੀਨ ਹਾਂ ਪਰ ਮੈਂ ਇੱਜ਼ਤਦਾਰ ਜ਼ਿੰਦਗੀ ਜਿਉਣਾ ਹਾਂ ਤੇਰੇ ਵਾਂਗ ਵੇਸਵਾ ਵਰਤੀ ਨਹੀਂ ਸਮਝੀ ਮੇਰੇ ਸ਼ਬਦ ਸੁਣ ਕੇ ਉਹ ਫਿੱਕੀ ਪੈ ਗਈ ਜਿਉਂ ਹੀ ਮੈਂ ਟੁਰਨ ਲੱਗਾ ਤਾਂ ਮੈਨੂੰ ਜਾਪ ਰਿਹਾ ਸੀ ਜਿੱਦਾਂ ਮੈਂ ਆਪਣੇ ਪੈਰ ਕਸੀਟ ਰਿਹਾ ਹੋਵਾਂ ਮੇਰਾ ਗਲਾ ਭਰ ਆਇਆ ਸੀ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ ਆਪਣੇ ਕਮਰੇ 'ਚ ਜਾ ਕੇ ਮੈਂ ਖੁਸ਼ ਹੋ ਰਿਹਾ ਸੀ ਕਿ ਮੈਂ ਉਹਦੀ ਬੇਇੱਜ਼ਤੀ ਕਰਤੀ ਹੈ ਇੱਕ ਸੋਹਣੀ ਵੇਸਵਾ ਆਪਣੇ ਆਪ ਨੂੰ ਸਮਝਦੀ ਕੀ ਹੈ ਮੈਂ ਉਹਦੇ ਨਾਲੋਂ ਕਿਤੇ ਜ਼ਿਆਦਾ ਇੱਜ਼ਤਦਾਰ ਇਨਸਾਨ ਹ ਅਚਾਨਕ ਹੀ ਇੱਕ ਅਨਡਿਟ ਸ਼ਕਤੀ ਨੇ ਮੈਨੂੰ ਆਪਣੀ ਪਕੜ 'ਚ ਲੈ ਲਿਆ ਮੈਨੂੰ ਬੇਹੋਸ਼ੀ ਦੀ ਸਥਿਤੀ 'ਚ ਲੈ ਗਈ ਜਦੋਂ ਮੇਰੀ ਨੀਂਦ ਖੁੱਲੀ ਤੇ ਮੈਂ ਦੇਖਿਆ ਮੈਂ ਜ਼ੈਰੀ ਦੀ ਅਗੋਸ਼ਟ ਸਿਸਕੀਆਂ ਲੈ ਰਿਆ ਸੀ ਜ਼ੈਰੀ ਮੈਨੂੰ ਮਾਫ ਕਰ ਦੇ ਮੈਂ ਤੇਰੇ ਨਾਲ ਬਹੁਤ ਕਮੀਨਾ ਵਿਹਾਰ ਕੀਤਾ ਉਸ ਵੇਲੇ ਪਤਾ ਨਹੀਂ ਮੇਰੇ ਤੇ ਕੀ ਭੂਤ ਸਵਾਰ ਹੋ ਗਿਆ ਮੈਂ ਜਾਣਦਾ ਮੈਂ ਗਰੀਬਾਂ ਤੂੰ ਅਮੀਰ ਹੈ ਮੈਂ ਧਰਤੀ ਤੇ ਇੱਕ ਧੂੜ ਦਾ ੱੱਬਾ ਤੂੰ ਸੁਰਗਾਂ ਦਾ ਚਾਨਣ ਹੈ ਫਿਰ ਵੀ ਮੈਂ ਤੈਨੂੰ ਪਿਆਰ ਕਰਦਾ ਭਾਵੇਂ ਮੈਂ ਤੈਨੂੰ ਪਾ ਨਹੀਂ ਸਕਦਾ ਫਿਰ ਵੀ ਮੇਰੇ ਦਿਲ 'ਚ ਤੇਰੇ ਲਈ ਉਹੀ ਭਾਵਨਾਵਾਂ ਰਹਿਣਗੀਆਂ ਜਦੋਂ ਵੀ ਮੈਨੂੰ ਦਰਦ ਦੀ ਝੋਟ ਲੱਗੇਗੀ ਮੈਂ ਤੈਨੂੰ ਚੇਤੇ ਕਰਾਂਗਾ ਜਦੋਂ ਵੀ ਤੂੰ ਖੁਸ਼ ਹੋਵੇਂ ਅੱਛੇ ਮિજાਜ ਤੋਂਵੇਂ ਮੈਨੂੰ ਚੇਤੇ ਕਰੀ ਇਸ ਗੱਲ ਨੂੰ ਨਾ ਭੁੱਲੇ ਕਿ ਇੱਕ ਗਰੀਬ ਤੇ ਸਾਧਨਹੀਨ ਵਿਅਕਤੀ ਉਸ ਵਕਤ ਨੂੰ ਯਾਦ ਕਰਕੇ ਹੰਝੂ ਵਹਾ ਰਿਹਾ ਜਿਹੜਾ ਤੇਰੇ ਸਾਥ ਚ ਗੁਜ਼ਰਿਆ ਮਸਕਰ ਬਸਕਰ ਤੂੰ دیਵਾਨਾ ਹੈ ਮੈਨੂੰ ਕਿਉਂ دیਵਾਨੀ ਬਣਾ ਰਿਹਾ ਹੰਝੂਆਂ ਦਾ ਹੜ ਮੇਰੀਆਂ ਅੱਖਾਂ ਚੋਂ ਵਹਿ ਤੁਰਿਆ ਜਿਉਂ-ਜਿਉਂ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਹੋਰ ਪਰੇਸ਼ਾਨ ਹੁੰਦਾ ਜਾ ਰਿਹਾ ਸੀ ਜ਼ਹਿਰੀ ਆਪਣਾ ਬੁਰੀਆ ਬਿਸਤਰਾ ਲੈ ਕੇ ਮੇਰੇ ਕਮਰੇ 'ਚ ਆ ਗਈ ਸਾਡੀਆਂ ਹਮੇਸ਼ਾ ਇਕੱਠੇ ਰਹਿਣ ਦੀਆਂ ਕਸਮਾਂ ਨਿਹਰੀਆਂ ਲਫ਼ਜ਼ ਹੀ ਨਹੀਂ ਸਨ ਸਗੋਂ ਦੋ ਰੂਹਾਂ ਦੀਆਂ ਕਸਮਾਂ ਸਨ ਮੈਂ ਧੂੜ ਦੇ ਕਿਣਕੇ ਤੋਂ ਉੱਚਾ ਹੋ ਕੇ ਬੱਦਲਾਂ ਤੋਂ ਵੀ ਉੱਚਾ ਮਹਿਸੂਸ ਕਰਨ ਲੱਗਾ ਮੈਂ ਸਦੀਵੀ ਆਨੰਦ ਦੀ ਅਵਸਥਾ 'ਚ ਸਾਂ ਜ਼ਹਿਰੀ ਵੀ ਬਿਲਕੁਲ ਬਦਲ ਗਈ ਸੀ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਦੇ ਸਰੀਰ ਦੇ ਰੋਮ ਵਿੱਚ ਪਿਆਰ ਸਿਮ ਰਿਹਾ ਹੈ ਜਿਹੜਾ ਮੈਨੂੰ ਤਰ ਕਰ ਰਿਹਾ ਹੈ ਉਹਦੀਆਂ ਮਧੂਰ ਵੱਡੀਆਂ ਤੇ ਗਹਿਰੀਆਂ ਅੱਖਾਂ ਆਸ ਤੇ ਉਮੀਦ ਦੇ ਸੁੰਦਰ ਸੁਪਨੇ ਛੁਪੇ ਹੋਏ ਸਨ ਅਸੀਂ देर रात ਤੱਕ ਬੇਮਤਲਬ ਗੱਲਾਂ ਕਰਦੇ ਰਹਿੰਦੇ ਜਿਦਾਂ ਦੋ ਮਾਸੂਮ ਬੱਚੇ ਆਪੋ ਵਿੱਚ ਬੇਅਰਥ ਗੱਲਾਂ ਕਰਦੇ ਰਹਿੰਦੇ ਨੇ ਫਿਰ ਵੀ ਜੇ ਲਫ਼ਜ਼ ਬੋਲਿਆ ਜਾਂਦਾ ਉਹ ਬਹੁਤ ਹੀ ਪਿਆਰ ਭਿੱਜਿਆ ਹੁੰਦਾ ਇੱਕ ਵਾਰ ਮੈਂ ਤਾਰਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਤੈਨੂੰ ਪਤਾ ਹੈ ਕਿ ਇਹ ਤਾਰੇ ਕੀ ਨੇ ਕੀ ਇਹ ਉਹਨਾਂ ਲੋਕਾਂ ਦੇ ਜਜ਼ਬਾਤ ਨੇ ਜਿਨ੍ਹਾਂ ਨੇ ਸਾਡੇ ਵਾਂਗ ਜ਼ਿੰਦਗੀ ਗੁਜ਼ਾਰੀ ਹੈ ਜਦੋਂ ਸੀ ਮਰ ਜਾਾਂਗੇ ਤਾਂ ਸਾਡੀਆਂ ਆਤਮਾਵਾਂ ਵੀ ਇਹਨਾਂ ਤਾਰਿਆਂ ਵਾਂਗ ਅਸਮਾਨ 'ਚ ਚਮਕਣਗੀਆਂ। ਜਦੋਂ ਮੈਂ ਮਰਾਂਗੀ ਉਹ ਕਹਿਣ ਲੱਗੀ ਤੂੰ ਦੇਖਦਾ ਉਹ ਤਾਰਾ ਜਿਹੜਾ ਸਭ ਤੋਂ ਵੱਧ ਚਮਕਦਾ ਹੈ ਮੇਰੀ ਰੂਹ ਉਹ ਛੋਟਾ ਜਿਹਾ ਤਾਰਾ ਬਣ ਜਾਏਗੀ ਤੇ ਮੈਂ ਤੈਨੂੰ ਦੇਖਦੀ ਰਵਾਂਗੀ। ਅਜੇ ਕੋਈ ਬੁਰੇ ਵਿਚਾਰ ਕਦੇ ਮਨ 'ਚ ਨਹੀਂ ਲਿਆਉਣੇ। ਕਈ ਵਾਰ ਮੈਂ ਸੋਚਦੀ ਆ ਕਿ ਮੇਰੀ ਉਮਰ ਜ਼ਿਆਦਾ ਨਹੀਂ ਮੈਂ ਇੰਨੀ ਖੁਸ਼ ਆਂ ਕਿ ਇਸ ਖੁਸ਼ੀ ਨਾਲ ਮੈਂ ਮਰ ਸਕਦੀ ਆਂ। ਸੱਚੀ ਸੱਚੀ ਦੱਸ ਮੇਰੇ ਮਰਨ ਪਿੱਛੋਂ ਤੂੰ ਮੈਨੂੰ ਚੇਤੇ ਕਰੇਂਗਾ ਮੈਂ ਤੈਨੂੰ ਕੱਲੀ ਨੂੰ ਨਹੀਂ ਜਾਣਦੇ ਆਂਗਾ ਮੈਂ ਤੇਰੇ ਨਾਲ ਹੀ ਚਲਾ ਜਾਵਾਂਗਾ ਜ਼ੈਰੀ ਮੇਰੇ ਵੱਲ ਅਜਿਹੀ ਸ਼ਰਦਾ ਨਾਲ ਵੇਖਦੀ ਕਿ ਕਈ ਵਾਰ ਮੈਂ ਆਪਣੇ ਆਪ ਤੇ ਸ਼ਰਮਿੰਦਾ ਹੋ ਜਾਂਦਾ ਇੱਕ ਦਿਨ ਜਦੋਂ ਮੇਰੀ ਜੁੱਤੀ ਚੁੱਕ ਕੇ ਮੇਰੇ ਪੈਣਨ ਲਈ ਲੈ ਕੇ ਆਈ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਤੂੰ ਕੀ ਕਰ ਰਹੀ ਹੈ ਮੈਂ ਉਹਨੂੰ ਬਾਹ ਤੋਂ ਫੜ ਕੇ ਕਿਹਾ ਕਿਉਂ ਕੀ ਹੋ ਗਿਆ ਕਿ ਮੈਂ ਇਸ ਕਾਬਲ ਨਹੀਂ ਕਿ ਤੁਹਾਡੀ ਸੇਵਾ ਕਰ ਸਕਾਂ ਐਦਾਂ ਕਰਕੇ ਮੈਨੂੰ ਸ਼ਰਮਿੰਦਿਆ ਨਾ ਕਰ ਤੇਰਾ ਇਸ ਤੋਂ ਵੀ ਜ਼ਿਆਦਾ ਹੱਕ ਹੈ ਸ਼ਾਇਦ ਤੈਨੂੰ ਪਤਾ ਨਹੀਂ ਇੱਕ ਦਿਨ ਮੈਂ ਉਹਨੂੰ ਪੁੱਛਿਆ ਕਿ ਉਹਨੇ ਆਪਣਾ ਤੋਤਾ ਕਿਉਂ ਛੱਡ ਦਿੱਤਾ ਮੇਰੇ ਕੋਲ ਹੁਣ ਵੀ ਇੱਕ ਪ੍ਰੇਮੀ ਜੀਵ ਹੈ ਉਹਨੇ ਆਖਿਆ ਕਿੱਥੇ ਹੈ ਮੈਂ ਦੇਖਣਾ ਚਾਹਾਂਗਾ ਇਹ ਹੈ ਉਹਨੇ ਮੇਰੀ ਠੋਡੀ ਤੇ ਉਂਗਲ ਰੱਖ ਕੇ ਕਿਹਾ ਇਸ ਤੋਤੇ ਤੇ ਯਕੀਨ ਨਾ ਕਰੀ ਮੈਂ ਮੋੜਵਾ ਉੱਤਰ ਦਿੱਤਾ ਇਹ ਮੌਕਾ ਮਿਲਦੇ ਆ ਸਾਰੀ ਉਡਾਰੀ ਮਾਰ ਜਾਏਗਾ ਵਾਹ ਉਹ ਕਹਿਣ ਲੱਗੀ ਮੇਰੇ ਖੰਭ ਉਤਰ ਦਿੱਤੇ ਨੇ ਹੁਣੇ ਉੱਡ ਨਹੀਂ ਸਕਦਾ ਜੇ ਉਹਦੇ ਖੰਭ ਫੇਰ ਨਿਕਲ ਆਏ ਮੇਰ ਨੂੰ ਖੇਰ ਕੱਟ ਦਿਆਂਗੀ ਇਹ ਹੁਣ ਪਿੰਜਰੇ 'ਚ ਬੰਦ ਏ ਇਹ ਪੰਛੀ ਕਿਹੜੇ ਪਿੰਜਰੇ 'ਚ ਰਹਿੰਦਾ ਏ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਵਾਪਸ ਪਰਤਿਆ ਤਾਂ ਜ਼ੈਰੀ ਦਾ ਚਿਹਰਾ ਖੜਿਆ ਹੋਇਆ ਸੀ ਛੇਤੀ ਉਹਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਅੱਜ ਤੂੰ ਕੁਝ ਜ਼ਿਆਦਾ ਹੀ ਖੁਸ਼ ਜਾਪਦੀ ਏ ਮੈਂ ਪੁੱਛਿਆ ਕੀ ਕਾਰਨ ਪਹਿਲਾਂ ਮੇਰਾ ਮੂੰਹ ਮਿੱਠਾ ਕਰਾਉਣਾ ਪਏਗਾ ਤਾਂ ਦੱਸਾਂਗੀ ਠੀਕ ਏ ਨੇੜੇ ਆ ਤਾਂ ਕਿ ਮੈਂ ਇਹਨੂੰ ਮਿੱਠਾ ਕਰਾਂ ਉਹ ਨਹੀਂ ਤੁਸੀਂ ਤਾਂ ਹਮੇਸ਼ਾ ਮਜ਼ਾਕ ਕਰਦੇ ਹੋ ਚਲ ਠੀਕ ਏ ਫਿਰ ਮੈਂ ਖੁਸ਼ਖਬਰੀ ਨਹੀਂ ਸੁਣਦਾ ਤੁਹਾਡੀ ਮਰਜ਼ੀ ਹੈ ਨਾ ਸੁਣੋ ਘਾਟੇ ਚ ਰਹੋਗੇ ਮੈਨੂੰ ਪਤਾ ਹੈ ਤੂੰ ਆਪੇ ਦੱਸੇਂਗੀ ਔਰਤ ਕੋਈ ਭੇਤ ਨਹੀਂ ਛੁਪਾ ਸਕਦੀ ਪਹਿਲਾਂ ਮੂੰਹ ਮਿੱਠਾ ਕਰਾਓ ਮਹਤਰਮਾ ਮੰਨ ਲਿਆ ਮੈਂ ਮਠਿਆਈ ਲੈ ਆਵਾਂਗਾ ਹੁਣ ਦੱਸੋ ਅੱਖਾਂ ਨੀਵੀਆਂ ਕਰਕੇ ਉਹਨੇ ਆਪਣੀ ਚੁੰਨੀ ਦੀ ਕੰਨੀ ਮੂੰਹ 'ਚ ਲੈ ਲਈ ਜਿਬ ਦਾ ਸੀ ਉਹਦੇ ਸ਼ਬਦ ਉਹਦੇ ਸੰਗ 'ਚ اٹਕ ਗਏ ਨੇ ਅੰਦਰਲੇ ਤੂਫਾਨ ਨਾਲ ਉਹਦੀਆਂ ਗੱਲਾਂ ਦਾ ਰੰਗ ਬਦਲ ਰਿਹਾ ਸੀ ਧੰਨਵਾਦ ਚਲਦਾ